ਸਸ਼ਕਾਲ ਜੀ, ਸਾਈਨ ਐਂਟਰਟੇਨਮੈਂਟ USA ਤੇ ਪ੍ਰਿਆ ਲਖਨਪਾਲ ਤੁਹਾਡਾ ਸਵਾਗਤ ਕਰਦੀ ਹੈ। ਸੋ ਦੋਸਤੋ, ਸਭ ਤੋਂ ਪਹਿਲਾਂ ਮੇਰੇ ਵੱਲੋਂ, ਪ੍ਰਿਆ ਲਖਨਪਾਲ ਵੱਲੋਂ ਤੇ ਸਾਈਨ ਐਂਟਰਟੇਨਮੈਂਟ ਵੱਲੋਂ ਮਹਾਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹੋਪ ਕਿ ਤੁਸੀਂ ਸਾਰੇ ਅੱਜ ਮੰਦਿਰ ਗਏ ਹੋਵੋਗੇ ਤੇ ਭੋਲੇਨਾਥ ਦਾ ਆਸ਼ੀਰਵਾਦ ਤੁਸੀਂ ਸਾਰਿਆਂ ਨੇ ਲਿਆ ਹੋਣਾ। ਸੋ ਇਸ ਤਰ੍ਹਾਂ ਭੋਲੇਨਾਥ ਤੁਹਾਡੇ ਤੇ ਕਿਰਪਾ ਬਣਾਈ ਰੱਖਣ। ਇਹਦੇ ਨਾਲ ਹੀ ਅੱਜ ਤੁਹਾਨੂੰ ਗੁੱਡ ਨਿਊਜ਼ ਦੇਣ ਜਾ ਰਹੀ ਹਾਂ, ਆਪਣੀ ਮੂਵੀ ਆ ਰਹੀ ਹੈ ਜੀ ਇੱਕ ਸੰਧੂ ਹੁੰਦਾ ਸੀ, ਗਿੱਪੀ ਗਰੇਵਾਲ ਜੀ ਦੀ। ਸੋ ਉਹਦਾ ਮੈਂ ਟ੍ਰੇਲਰ ਦੇਖਿਆ, ਟ੍ਰੇਲਰ ਬਹੁਤ ਸੋਹਣਾ ਸੀ। ਜਿਸ ਤਰ੍ਹਾਂ ਕਿ ਗਿੱਪੀ ਗਰੇਵਾਲ ਜੀ ਨੇ ਹਮੇਸ਼ਾ ਹੀ ਤੁਹਾਡੇ ਦਿਲਾਂ 'ਤੇ ਰਾਜ ਕੀਤਾ ਹੈ, ਮੈਨੂੰ ਲੱਗਦਾ ਵੀ ਆਹ ਫਿਲਮ ਰਾਹੀਂ ਵੀ ਉਹ ਆਪਣਾ ਉਹ ਮਕਸਦ ਜਿਹੜਾ ਉਹ ਲੈ ਕੇ ਆ ਰਹੇ ਨੇ ਇਸ ਫਿਲਮ ਰਾਹੀਂ, ਉਹ ਤੁਹਾਡੇ 'ਤੇ ਜ਼ਰੂਰ ਪੂਰਾ ਕਰਨਗੇ। ਸੋ ਦੋਸਤੋ, ਇਹ ਫਿਲਮ ਦੇਖਣਾ ਨਾ ਭੁੱਲਣਾ, ਜਿਹੜੀ ਕਿ ਰਿਲੀਜ਼ ਹੋ ਰਹੀ ਹੈ 28 ਫਰਵਰੀ ਨੂੰ। ਇੱਕ ਸੰਧੂ ਹੁੰਦਾ ਸੀ, ਗਿੱਪੀ ਗਰੇਵਾਲ ਜੀ ਨੂੰ ਤੇ ਰਾਕੇਸ਼ ਮਹਿਤਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ।